ਜਿਹੜੀ ਥਰਡ ਰਿਹਰਸਲ ਆ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਸੀਜਰ ਸੀ ਅੱਜ? ਅੱਜ ਅਸੀਂ ਜਿਹੜੀ ਤੀਸਰੀ ਰਿਹਰਸਲ ਰੱਖੀ ਹੈ ਸਿਰਫ ਐਕਸਕਲੂਸਿਵਲੀ ਜਿਹੜੇ ਸਾਡੇ PROs ਤੇ APROs ਨੇ ਉਹਨਾਂ ਲਈ ਰੱਖੀ ਹੈ, ਕਿਉਂਕਿ ਇਸ ਵਾਰ ਦਾ ਜਿਹੜਾ ਪੋਲਿੰਗ ਸਟਾਫ ਅਮਲਾ ਹੈਗਾ ਉਹਦੇ ਚ ਤਕਰੀਬਨ 40% ਜਿਹੜੇ ਹੈਗੇ ਨੇ ਉਹ ਫਰੈਸ਼ਰਸ ਨੇ, ਉਹਨਾਂ ਨੇ ਪਹਿਲਾਂ ਕੋਈ ਇਲੈਕਸ਼ਨ ਨਹੀਂ ਕਰਾਏ, ਤੇ ਕਿਉਂਕਿ ਇੱਕ ਬੜੀ ਸੀਰੀਅਸ ਐਕਸਰਸਾਈਜ਼ ਹੈ ਤੇ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੈਗੀ ਬਹੁਤ ਪ੍ਰੋਪਰਲੀ ਹੋਣੀ ਚਾਹੀਦੀ। ਤੇ ਅੱਜ ਅਸੀਂ ਡੈਡੀਕੇਟਿਡਲੀ ਦੋ ਬੈਚਸ ਦੇ ਵਿੱਚ ਜਿੰਨੇ ਵੀ ਸਾਡਾ ਪੋਲਿੰਗ ਅਮਲੇ ਦੇ ਵਿੱਚ PROs APROs ਨੇ, ਦੋ ਬੈਚਸ ਦੇ ਵਿੱਚ ਅਸੀਂ ਅੱਜ ਇੱਥੇ ਰਾਇਲ ਕਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਟ੍ਰੇਨਿੰਗ ਕਰਵਾ ਰਹੇ ਹਾਂ ਉਹਨਾਂ ਦੀ। ਅਕਸਰ ਦੇਖਦੇ ਮੈਮ ਬਹੁਤ ਸਾਰੀਆਂ ਚੋਣਾਂ ਹੋਈਆਂ ਨੇ ਤੇ ਇੱਕ ਨਵੀਂ ਚੀਜ਼ ਸਾਨੂੰ ਸਮਝ ਮਿਲੀ ਆ ਕਿ ਇੱਕ ਗ੍ਰੀਨ ਬੂਥ ਵੀ ਜਿਹੜਾ ਉੱਥੇ ਲੱਗੇਗਾ, ਕੀ ਹੈ ਉਸਦੇ? ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਮੁਤਾਬਕ ਗ੍ਰੀਨ ਬੂਥ ਸੈੱਟ ਕਰਨੇ ਨੇ, ਬੇਸਿਕਲੀ ਸਸਟੇਨੇਬਿਲਿਟੀ ਨੂੰ ਧਿਆਨ ਚ ਰੱਖਦੇ ਹੋਏ ਜ਼ੀਰੋ ਵੇਸਟ ਹੋਣਾ ਚਾਹੀਦਾ ਹੈ ਉੱਥੇ, ਲੋਕਾਂ ਨੂੰ ਗ੍ਰੀਨ ਲਾਈਫਸਟਾਈਲ ਪ੍ਰਮੋਟ ਕਰਨ ਵਾਸਤੇ, ਮਤਲਬ ਉਹ ਮੈਸੇਜ ਦਿੰਦੇ ਹੋਏ ਅਸੀਂ ਬੂਥ ਸੈਟਅਪ ਕਰ ਰਹੇ ਹਾਂ, ਤੇ ਕੋਸ਼ਿਸ਼ ਸਾਡੀ ਇਹੀ ਹੈ ਕਿ ਉਸ ਦੇ ਉੱਤੇ ਘੱਟ ਤੋਂ ਘੱਟ ਅਸੀਂ ਵੇਸਟ ਪ੍ਰੋਡਿਊਸ ਕਰੀਏ, ਜਿਹੜੇ ਵੀ ਉੱਥੇ ਵੋਟਰਸ ਆਣਗੇ ਉਹਨਾਂ ਨੂੰ ਅਸੀਂ ਇੱਕ ਪੌਦਾ ਦੇ ਰਹੇ ਹਾਂ, ਤੇ ਨਾਲ ਉੱਥੇ ਬੂਥ ਦੇ ਉੱਤੇ ਅਸੀਂ ਜਿਹੜਾ ਆਪਣਾ ਇਨਵਾਇਰਮੈਂਟ ਨੂੰ ਕਿਵੇਂ ਅਸੀਂ ਆਪਣਾ ਕਾਰਬਨ ਫੁੱਟਪ੍ਰਿੰਟਿੰਗ ਘੱਟ ਕਰਨੀ ਹੈ, ਸਸਟੇਨੇਬਲ ਲਾਈਫਸਟਾਈਲ ਗ੍ਰੀਨ ਲਾਈਫਸਟਾਈਲ ਕਿਵੇਂ ਪ੍ਰਮੋਟ ਕਰਨਾ, ਉਸ ਦੇ ਬਾਰੇ ਵੀ ਅਸੀਂ ਥੋੜੇ ਜਿਹੇ ਇਨਫੋਰਮੇਸ਼ਨ ਮੈਸੇਜਸ ਜਿਹੜੇ ਡਿਸਪਲੇ ਕਰਾਂਗੇ। ਇਹ ਜੀ ਇਲੈਕਸ਼ਨ ਜਿਹੜਾ ਪ੍ਰੋਸੈਸ ਹੈ ਕੋਈ ਇਟਸ ਨਾਟ ਵਨ ਮੈਨ ਸ਼ੋ, ਇਹ ਇੱਕ ਬਹੁਤ ਇੰਟੀਗ੍ਰੇਟ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਹਰ ਕਿਸੇ ਦਾ ਬਹੁਤ ਅਹਿਮ ਰੋਲ ਹੁੰਦਾ। ਬੂਥ ਲੈਵਲ ਦੇ ਉੱਤੇ BLOs ਹੁੰਦੇ ਨੇ, ਸੈਕਟਰ ਆਫਿਸਰਸ ਦੇ ਹੇਠਾਂ ਫਿਰ ਅਸੀਂ ਪੂਰਾ ਜਿਹੜਾ ਸਾਡਾ AC ਹੁੰਦਾ ਉਹਦੇ ਚ, ਜਿਵੇਂ ਸਾਡੇ ਨਿਹਾਲ ਸਿੰਘ ਵਾਲਾ ਦੇ ਵਿੱਚ 16 ਸੈਕਟਰ ਆਫਿਸਰਸ ਨੇ ਜਿਨ੍ਹਾਂ ਨੂੰ ਤਕਰੀਬਨ ਮੈਕਸਿਮਮ 10 ਤੋਂ 15 ਦੇ ਵਿੱਚ ਸਭ ਦੇ ਕੋਲ ਬੂਥਸ ਹੁੰਦੇ ਨੇ। ਸੋ ਇਹ ਸਭ ਦੇ ਸਭ ਜਿਹੜੇ ਇਹਦੇ ਚ ਜਿਸ ਪੂਰੇ ਜਿਹੜਾ ਮੈਟ੍ਰਿਕਸ ਹੈਗਾ ਇਹਦੇ ਵਿੱਚ ਇਹਨਾਂ ਦਾ ਆਪਣਾ ਅੱਡ ਕੰਮ ਹੈਗਾ, ਜਿਹੜਾ ਪੋਲਿੰਗ ਸਟਾਫ ਦੀ ਡਿਊਟੀ ਲਗਾਈ ਹੈ ਐਕਚੁਅਲ ਪੋਲ ਕੰਡਕਟ ਕਰਨ ਦੇ ਵਿੱਚ ਇਹਨਾਂ ਦਾ ਸਹਿਯੋਗ ਹੁੰਦਾ। ਸੋ ਇਹਨਾਂ ਦਾ ਦੋਨਾਂ ਦਾ ਤਾਲਮੇਲ ਕਿਸ ਤਰੀਕੇ ਨਾਲ ਹੁੰਦਾ ਉਹ ਸਾਰਾ ਜਿਹੜਾ ਹੁੰਦਾ ਇੱਕ ਪ੍ਰੋਪਰ ਟ੍ਰੇਨਿੰਗ ਦੇ ਨਾਲ, ਇਟ ਹੈਜ਼ ਟੂ ਬੀ ਅੰਡਰਸਟੂਡ ਪ੍ਰੋਪਰਲੀ ਸੋ ਦੈਟ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕੋਈ ਦਿੱਕਤ ਨਾ ਆਵੇ। ਤੇ ਇਸੇ ਕਰਕੇ ਅੱਜ ਵੀ ਜਿਹੜਾ ਹੈਗਾ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਇਹੀ ਦੱਸਿਆ ਇਹਨਾਂ ਨੂੰ ਕਿ ਕਿਹੜੇ ਜਿਹੜੀ ਇਨਫੋਰਮੇਸ਼ਨ ਹੈ ਆਪਾਂ ਕਿੱਥੋਂ ਲੈਣੀ ਹੈ ਤੇ ਕਿੱਥੇ ਅਸੀਂ ਦੇਣੀ ਹੈ ਪ੍ਰੋਪਰਲੀ, ਉਹ ਸਾਰਾ ਚੈਨਲਸ ਹੀ ਸਮਝਾਉਣ ਦੇ ਲਈ ਅੱਜ ਦੀ ਟ੍ਰੇਨਿੰਗ ਰੱਖੀ ਗਈ ਹੈ। ਗਰਮੀ ਦਾ ਕਰਕੇ ਮੈਮ ਜਿਹੜੀ ਪਬਲਿਕ ਆਉਣ ਤੋਂ ਬਹੁਤ ਡਰਦੀ ਹੈ, ਉਹਨਾਂ ਨੂੰ ਲੱਗਦਾ ਕਿ ਪ੍ਰਬੰਧ ਸਹੀ ਨਹੀਂ ਹੋਣੇ, ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ? ਵੋਟਰਸ ਨੂੰ ਮੈਂ ਤੁਹਾਡੇ ਮਾਧਿਅਮ ਤੋਂ ਮੈਂ ਇਹ ਦੱਸਣਾ ਚਾਹਾਂਗੀ ਕਿ ਸਾਡਾ ਪੂਰਾ ਜ਼ੋਰ ਇਸੇ ਗੱਲ ਤੇ ਲੱਗਿਆ ਬਿਕਾਜ਼ ਵੀ ਅੰਡਰਸਟੈਂਡ ਕਿ ਗਰਮੀ ਬਹੁਤ ਜ਼ਿਆਦਾ ਹੈ, ਤੇ ਇਸ ਕਰਕੇ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰੋਪਰ ਟੈਂਟੇਜ, ਪਾਣੀ, ਪੱਖਿਆਂ ਦਾ ਪ੍ਰਬੰਧ ਅਸੀਂ ਰੱਖਿਆ ਹੋਇਆ। ਸਾਡੀ ਮਤਲਬ ਜਿਸ ਤਰ੍ਹਾਂ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਜਿਵੇਂ ਠੰਡੇ ਠੰਡੇ ਪਏ ਲੋਕੀ ਚਾਹੁੰਦੇ ਨੇ ਕਿ ਵੋਟਾਂ ਪਾ ਕੇ ਆਈਏ, ਤਾਂ ਜਿਵੇਂ ਸ਼ਾਮ ਨੂੰ ਵੀ ਜੇ ਵੋਟ ਪਾਉਣ ਜੋ ਆਉਂਦੇ ਨੇ ਤੇ ਅਸੀਂ ਇਹ ਸਾਡੀ ਤਿਆਰੀ ਪੂਰੀ ਹੈਗੀ ਕਿ ਟਿਲ ਦ ਲਾਸਟ ਵੋਟਰ ਇਜ਼ ਡਨ ਵੀ ਵਿਲ ਬੀ ਦੇਅਰ ਟੂ ਕੰਡਕਟ ਦੀ ਪੋਲਿੰਗ ਪ੍ਰੋਸੈਸ।